ਜੀ ਸਰ, ਜਿਹੜੀ ਰੇਡ ਕੀਤੀ ਗਈ ਉਹ ਕਿਹੜੀ ਜਗ੍ਹਾ 'ਤੇ ਕੀਤੀ ਗਈ? ਮਜੀਠਾ ਰੋਡ ਦੇ ਸ਼੍ਰੀ ਗੁਰੂ ਹਰਿਰਾਏ ਸਾਹਿਬ ਜੀ ਦੇ ਗੁਰਦੁਆਰੇ ਦੇ ਨੇੜੇ ਸਪਾਹ ਸੈਂਟਰ ਸੀ ਸਕਾਈ ਜੈੱਟ, ਉੱਥੇ ਰੇਡ ਕੀਤੀ ਗਈ। ਉੱਥੋਂ ਮੇਨਲੀ ਤਾਂ ਜਿਹੜਾ ਉਹਦੀ ਬਾਲਕ ਆ ਰਾਜਵਿੰਦਰ ਕੌਰ ਅਤੇ ਉਹਦੇ ਨਾਲ ਜਿਹੜਾ ਉਹਦਾ ਸਾਥੀ ਸ਼ਕਤੀ ਸ਼ਰਮਾ ਜਿਹੜਾ ਸੀ ਇਹਨੂੰ ਸਪਾਹ ਨੂੰ ਚਲਾ ਰਿਹਾ ਸੀ, ਅਤੇ ਨਾਲ ਹੀ ਇੱਥੇ ਉਹ ਸੈਕਸ ਰੈਕਟ ਵੀ ਚਲਾ ਰਿਹਾ ਸੀ, ਧੰਦਾ ਵੀ ਚਲਵਾ ਰਿਹਾ ਸੀ। ਇਹ ਦੋ ਮੇਨ ਜਿਹੜੇ ਨੇ ਇਹਨਾਂ ਦੋਸ਼ੀਆਂ 'ਤੇ FIR ਲੌਂਚ ਹੋਈ ਆ, ਅਤੇ ਬਾਕੀ ਜਿਹੜੇ ਨੇ ਉਹਨਾਂ ਦੇ ਉੱਤੇ ਵੈਰੀਫਾਈ ਕਰਕੇ ਜੋ ਬਣਦਾ ਹੋਏਗਾ ਕਾਨੂੰਨ ਮੁਤਾਬਕ ਕਾਰਵਾਈ ਕੀਤੀ। ਕੋਈ ਵਿਦੇਸ਼ੀ ਕੁੜੀਆਂ ਵਿੱਚ? ਨਹੀਂ ਨਹੀਂ, ਕੋਈ ਵਿਦੇਸ਼ੀ ਨਹੀਂ ਹੈਗੀ। ਟੋਟਲ ਕਿੰਨੇ ਸਰ ਮੁੰਡੇ ਕੁੜੀਆਂ ਵਿੱਚ ਅਰੈਸਟ ਹੋਏ? ਇਹਨਾਂ ਦੇ ਵਿੱਚ ਕੁਛ ਤਾਂ ਵਿਕਟਮ ਹੈਗੀਆਂ ਨੇ, ਤਾਂ ਕੁਝ ਕੋਈ ਇਹਨਾਂ ਦੇ ਜਿਹੜੇ ਦੋ ਮੈਨੇਜਰ ਦੇ ਨਾਲ, ਅਤੇ ਇੱਕ ਰਾਜਵਿੰਦਰ ਕੌਰ ਅਤੇ ਇੱਕ ਜਿਹੜਾ ਉਹਦਾ ਸਾਥੀ ਓਨਰ ਜਿਹੜਾ ਸ਼ਕਤੀ ਸ਼ਰਮਾ। ਕਿੰਨੇ ਕੁ ਟਾਈਮ ਤੋਂ ਚਲਾ ਰਹੇ ਸੀ ਕੰਮ? ਇਹ ਤਾਂ ਹੁਣ ਇਹ ਪਤਾ ਲੱਗਾ ਕਿ ਪਿਛਲੇ 2 ਸਾਲ ਤੋਂ ਇੱਥੇ ਸਪਾ ਸੈਂਟਰ ਚਲਾ ਰਹੇ ਸੀ। Subscribe to One India channel and never miss an update.